रेडियो चंद प्रदेशी मान मत स्रोते हो रेडियो चंद प्रदेशी की खबरसार प्रोग्राम बहुत बहुत स्वागत साडे नाल उगे पत्रकार ते ब्रॉडकास्टर सरदार सवान सिंह टैणा जुड़ चुके ने। टैणा साहब सत श्री अकाल जी, गुड मॉर्निंग, की हाल चाल ने तुहाडे? टैणा साहब पता लगा कि एक दिन दे विच रिकॉर्ड पैदा हो गया 507 लोगों की मौत 18,563 नवे मामले कोरोना दे तुहाडे आए ने। यह गल अमेरिका दे विच भी पता भी लग्या कि 1,62,000 रोज दे केस दुनिया भर दे विचों कोरोना दे आ रहे ने, जिन्हां दी वड्डी तादाद अमेरिका दे विच जां होर देशां दे विच जिथे ज्यादा जड़े के टैस्ट हो रहे ने उत्थे काफी मात्रा च इहदा पता लग रहा है। कई कुछ हो रहा है अमेरिका दे विच, नाल दी नाल ही लॉ एंड ऑर्डर की स्थिति भी जड़ी है कई सूबिआं दे विच बड़ी घनौनी जी बनी हुई है। वाशिंगटन सियाटल जड़ा इक वाशिंगटन इक सूबा जिहदा सियाटल इक शहर है वैनकूवर दे नाल लगदा है, उत्थे पुलिस अते आम लोकां दे विच काफी झड़ाभज हुई है क्योंकि एक डाउनटाउन सियाटल दे विच लोक जड़े ने उस नूं इक स्पैशल जोन दे तौर ते वरत रहे ने, पुलिस नूं जाण नहीं दिंदे, पुलिस जड़ा हैडक्वार्टर दा घराओ करन दी कोशिश दे विच ने। सो इस करके काफी किस्म दा तनाव जड़ा अमेरिका दे विच इक पासे कोरोना दे करके ते दूजे पासे लॉ एंड ऑर्डर दी स्थिति जड़ी आ ओह डामाडोल। जी पर इस दे बावजूद भारत दे लोकां दे वड्डी गिणती दे विच लोक इहो जिहे जिन्हां ने कोरोना तो डरना ध्यान का तो ओह कहिंदे जी कोई गल नहीं, हुण कोरोना पता नहीं किन्नी कि देर रहना जी, इह तां हुण सरकारां दे काम आ जी, कोई कुछ कही जांदा उह कुछ कही जांदा। हुण जिवें कोरोना तो पहलां डरे सी, पहले एक महीने दे विच लोक मास्क पहन के जाना, घर दे विच निकलना नहीं, डर के रहना, सैनिटाइजर वरतना, हुण भारत दे विच खास करके पंजाब दे विच ओवें लोक नहीं कर रहे। मैं कल जाके आया सैर के उत्ते, मैं देखिया हैरानी हुई मैनू कि घटो घट 70% लोगों ने मास्क नहीं पाया, लोग सड़कों के उत्ते उवें फिरदे भी आम होंदे सीगे, कोई परवाह नहीं गी। जे तुसीं किसे नूं इह गल कहिंदे आ कि यार कोरोना आ तां थोड़ा जिहा बचा, अगला आपको 100 सवाल करदा ओह नहीं 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 कोई कोरोना करोना नहीं होना, ओह तां सरकार ने ड्रामे बनाए आ पैसे खाण दे लई, ओह तां हस्पतालां वास्ते सारा कुछ कीता, ਇਹ ਤਾਂ ਜੇ ਹਸਪਤਾਲਾਂ ਨੂੰ ਪੈਸੇ ਬਣ ਗਏ ਤਾਂ ਸਰਕਾਰ ਨੂੰ ਹਿੱਸਾ ਜਾਂਦਾ। ਅੱਗੇ 36 ਗੱਲਾਂ ਸੁਣਾਉਂਦੇ ਆ, ਐ ਨੀ ਵੀ ਮੂੰਹ ਤੇ ਮਾਸਕ ਪਾ ਲਈਏ। ਸੋ ਇਸ ਸਥਿਤੀ ਦੇ ਵਿੱਚ ਕਿਉਂ ਆਪਾਂ ਕੋਰੋਨਾ ਦੇ ਉੱਤੇ ਰੋਕਥਾਮ ਲਾਵਾਂਗੇ, ਇਸ ਤਰੀਕੇ ਦੇ ਨਾਲ ਅਸੀਂ ਬਚ ਸਕਦੇ ਹਾਂ, ਇਹ ਬਹੁਤ ਵੱਡਾ ਸਵਾਲ ਹੈਗਾ ਜੀ। ਜੀ 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 ਬਿਲਕੁਲ, ਦੇਖਦੇ ਹਾਂ ਜੀ ਆਉਣ ਵਾਲੇ ਸਮੇਂ ਚ ਕਿੱਧਰ ਨੂੰ ਜਾਂਦੀ ਹੈ ਇਹ ਮਹਾਮਾਰੀ, ਜਿਹੋ ਜਿਹੇ ਤਰੀਕੇ ਦਾ ਰੂਪ ਵੱਡਾ ਧਾਰਨ ਕਰਦੀ ਜਾ ਰਹੀ ਹੈ। ਉਧਰ ਪਤਾ ਲੱਗਿਆ ਸਾਡੇ ਕੇਂਦਰੀ ਗ੍ਰਹਿ ਮੰਤਰਾਲੇ ਦਾ ਇੱਕ ਵੱਡਾ ਫੈਸਲਾ ਆਇਆ, ਗੁਰਪਤਵੰਤ ਪੰਨੂ ਸਮੇਤ 9 ਖਾਲਿਸਤਾਨੀ ਦਹਿਸ਼ਤ ਪਸੰਦ ਕਰਾਰ ਦਿੱਤੇ ਗਏ ਨੇ। ਜੀ ਹਾਂ ਬਿਲਕੁਲ ਜੀ, ਇਹਨਾਂ ਦੇ ਉੱਤੇ UAPA ਐਕਟ ਦੀਆਂ ਧਾਰਾਵਾਂ ਦੇ ਤਹਿਤ ਇਹਨਾਂ ਨੂੰ ਅੱਤਵਾਦੀ ਕਰਾਰ ਦਿੱਤਾ ਗਿਆ। ਗੁਰਪਤਵੰਤ ਪੰਨੂ ਜੇ ਨਾ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਤੇ ਭਾਰਤ ਦੇ ਲੋਕਾਂ ਨੂੰ ਰਿਕਾਰਡਡ ਮੈਸੇਜ ਆ ਰਹੇ ਆ। ਪਹਿਲਾਂ ਤੁਹਾਨੂੰ ਬਾਹਰੋਂ ਇੱਕ ਵਿਦੇਸ਼ ਤੋਂ ਕਾਲ ਆਉਂਦੀ ਆ, ਤੁਸੀਂ ਉਹਨੂੰ ਹੈਲੋ ਕਰਦੇ ਆ, ਫਿਰ ਅੱਗੋਂ ਉਹਨੂੰ ਗੱਲ ਕਹੀ ਜਾਂਦੀ ਆ ਕਿ ਜੀ ਪਿਆਰੇ ਪੰਜਾਬੀ ਜੋ ਤੁਸੀਂ ਸਿੱਖ ਪਾਰਦਰਸ਼ਕ ਨਾਲ ਜੁੜੋ, ਤੁਸੀਂ ਸਰਕਾਰਾਂ ਦੇ ਉੱਤੇ ਭਰੋਸਾ ਨਾ ਰੱਖੋ, ਤੇ ਤੁਸੀਂ ਚੀਨ ਦੇ ਵਿੱਚ ਜਾ ਕੇ ਤੇ 2 ਇੰਚ ਦੀ ਗੋਲੀ ਖਾਣ ਦੇ ਨਾਲੋਂ ਸਾਡੇ ਨਾਲ ਜੁੜੋ ਤੇ ਆਹ ਕਰੋ ਤੇ ਉਹ ਕਰੋ, ਇਸ ਤਰੀਕੇ ਦਾ ਕੰਮ ਚੱਲ ਰਿਹਾ। ਸੋ ਉਹਦੇ ਉੱਤੇ ਵੀ ਇਤਰਾਜ਼ ਕਈ ਲੋਕਾਂ ਨੇ ਕੀਤਾ ਹੈਗਾ, ਪਰ ਹੁਣ ਜੋ ਕੇਂਦਰ ਸਰਕਾਰ ਦੇ ਵੱਲੋਂ ਫੈਸਲਾ ਕੀਤਾ ਗਿਆ ਇਹ ਤਾਂ ਹੈਗਾ ਹੀ ਬਹੁਤ ਵੱਡਾ, ਕਿਉਂਕਿ 9 ਜਿਹੜਿਆਂ ਨੂੰ ਅੱਤਵਾਦੀ ਕਰਾਰ ਦਿੱਤਾ, ਜਿਹਦੇ ਵਿੱਚ ਗੁਰਪਤਵੰਤ ਪੰਨੂ ਸਿੱਖ ਫਾਰਗਿਸਟ ਸਵਾਲਾ ਵੀ ਹੈਗਾ। ਸੋ ਜਾਣਕਾਰੀ ਦੇ ਮੁਤਾਬਕ ਵਧਾਵਾ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ ਤੋਂ, ਲਖਵੀਰ ਸਿੰਘ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਤੋਂ, ਰਣਜੀਤ ਸਿੰਘ ਖਾਲਿਸਤਾਨ ਗੰਡਾਵਾਰ ਫੋਰਸ ਤੋਂ, ਪਰਮਜੀਤ ਸਿੰਘ ਖਾਲਿਸਤਾਨ ਕਮਾਂਡੋ ਫੋਰਸ ਤੋਂ, ਭੁਪਿੰਦਰ ਸਿੰਘ ਭਿੰਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੋਂ, ਗੁਰਮੀਤ ਸਿੰਘ ਬੱਗਾ ਗੁਰਪਤਵੰਤ ਸਿੰਘ ਪੰਨੂ ਸਿੱਖ ਫਾਰਗਿਸਟ ਤੋਂ, ਹਰਦੀਪ ਸਿੰਘ ਨਿੱਜਰ ਤੇ ਪਰਮਜੀਤ ਸਿੰਘ ਬੱਬਰ ਖਾਲਸਾ ਇੰਟਰਨੈਸ਼ਨਲ ਤੋਂ ਇਹਨਾਂ ਨੂੰ ਅੱਤਵਾਦੀ ਕਰਾਰ ਦਿੱਤਾ ਗਿਆ ਜੀ। ਗੁਰਪਤਵੰਤ ਸਿੰਘ ਪੰਨੂ ਇੱਕ ਨਾਮਵਰ ਵਕੀਲ ਨੇ, ਨਿਊਯਾਰਕ ਦੇ ਵਿਚ ਰਹਿੰਦੇ ਨੇ, ਕਈ ਇਹਨਾਂ ਨੇ ਜਿਹੜੇ ਕੱਲ ਪੋਲੀਟੀਕਲ ਅਸਲਮ ਦੇ ਕੇਸ ਵੀ ਕਾਫੀ ਲੜੇ ਨੇ, ਹੋਰ ਵੀ ਇੱਦਾਂ ਦੇ ਕੰਮ ਕਰਦੇ ਨੇ, ਭਾਵੇਂ ਕੱਦ ਦੇ ਥੋੜੇ ਜਿਹੇ ਛੋਟੇ ਨੇ ਪਰ ਕੰਮ ਵੱਡੇ ਵੱਡੇ ਕਰ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿਚ ਇਹਨਾਂ ਦੀ ਕਿੰਨੀ ਕੁ ਮੁਸ਼ਕਿਲ ਵੱਧ ਸਕਦੀ ਹੈ? ਟੈਨਾ ਸਾਹਿਬ ਦੇਖੋ, ਮੁਸ਼ਕਿਲ ਤਾਂ ਵਧੀ ਹੋਈ ਹੈ ਜੀ, ਜੇਕਰ ਤੁਸੀਂ ਭਾਰਤ ਦੇ ਵਿਚ ਆ ਨਹੀਂ ਸਕਦੇ
ਤਾਂ ਇਹ ਵੀ ਇੱਕ ਮੁਸ਼ਕਲ ਆ। ਜੇ ਬੰਦੇ ਨੂੰ ਲੋੜ ਮਹਿਸੂਸ ਨਹੀਂ ਹੁੰਦੀ ਕਿ ਚਲੋ ਮੈਂ ਭਾਰਤ ਦੇ ਵੱਲ ਜਾਣਾ ਹੀ ਨਹੀਂ ਜੇ ਕਿਸੇ ਨੂੰ ਇਹ ਲੱਗਦਾ, ਤਾਂ ਇਹ ਇੱਕ ਵੱਖਰੀ ਗੱਲ ਹੈ। ਪਰ ਇਹਦੇ ਨਾਲ ਭਾਰਤ ਦੇ ਵਿੱਚ ਆਉਣ ਦੀ ਇੱਕ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ। ਉਸ ਤੋਂ ਬਾਅਦ ਹੋ ਸਕਦਾ ਭਾਰਤ ਦੀ ਸਰਕਾਰ ਸੰਬੰਧਿਤ ਦੇਸ਼ ਦੇ ਨਾਲ ਵਿਚਾਰ ਕਰੇ ਕਿ ਭਾਈ ਸਾਨੂੰ ਆਹ ਬੰਦਾ ਚਾਹੀਦਾ ਹੈਗਾ ਜਾਂ ਇਸ ਬੰਦੇ ਨੂੰ ਇੱਧਰ ਭੇਜਿਆ ਜਾਵੇ, ਚਲੋ ਨਾ ਵੀ ਭੇਜਿਆ ਜਾ, ਜਿਵੇਂ ਕਿ ਹੁਣ ਤੱਕ ਕਈ ਲੋਕ ਨਹੀਂ ਵੀ ਆਏ। ਪਰ ਗੱਲ ਇਹ ਆ ਵੀ ਬੰਦੇ ਦੇ ਰਾਹ ਜਿਹੜੇ ਆ ਉਹ ਭਾਰਤ ਦੇ ਵਿੱਚ ਆਉਣ ਦੇ ਬੰਦ ਹੋ ਜਾਂਦੇ ਆ, ਤੇ ਇਹ ਵੀ ਮੇਰਾ ਖਿਆਲ ਵੀ ਇੱਕ ਝਟਕਾ ਹੈਗਾ। ਤੇ ਬਾਕੀ ਵਕਤ ਦੱਸੂ ਤਾਂ ਵੀ ਇਹਨਾਂ ਦੇ ਵੱਲੋਂ ਕੀ ਚਾਰਾਗੋਈ ਅਪਣਾਈ ਜਾਊਗੀ, ਇਹ ਅੱਗੋਂ ਇਸ ਮਾਮਲੇ ਦੇ ਉੱਤੇ ਕੀ ਤਰਕ ਦਿੰਦੇ ਆ। ਹੁਣ ਇਸ ਗੱਲ ਦੇ ਕਰਕੇ ਜਦੋਂ ਇਹਨਾਂ ਨੂੰ ਅੱਤਵਾਦੀ ਐਲਾਨਿਆ ਗਿਆ, ਕਿੰਨੇ ਕੁ ਲੋਕ ਇਹਦੇ ਨਾਲ ਜੁੜੇ ਰਹਿੰਦੇ ਆ, ਇਹ ਹੁਣ ਵਕਤ ਨੇ ਬਿਆਨ ਕਰਨਾ। ਜੀ 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 ਬਿਲਕੁਲ ਬਿਲਕੁਲ। ਆ ਪਿੱਛੇ ਜੇ ਇੱਕ ਬੜਾ ਹੀ ਨੌਜਵਾਨ ਸੁਸ਼ਾਂਤ ਰਾਜਪੂਤ ਨੌਜਵਾਨ ਜਿਹੜਾ ਕਿ ਐਕਟਰ ਵੀ ਸੀ, ਫਿਲਮ ਇੰਡਸਟਰੀ ਵਿੱਚ ਬੜਾ ਨਾਂ ਸੀ ਉਹਦਾ, ਉਹਨੇ ਸੁਸਾਈਡ ਕੀਤਾ ਸੀ। ਹੁਣ ਪਤਾ ਲੱਗਾ ਜੀ ਸੁਸ਼ਾਂਤ ਰਾਜਪੂਤ ਨੇ ਇੱਕ ਮਹੀਨੇ ਚ 20 ਸਿਮ ਬਦਲਨੇ ਨੇ। ਉਹਨੂੰ ਕਿਉਂ ਲੋੜ ਬਦਲੇ, ਉਹ ਕੀ ਲੋੜ ਪੈ ਗਈ ਸੀ 20 ਸਿਮ ਬਦਲਣ ਦੀ? ਦੇਖੋ ਗੱਲ ਤੁਹਾਡਾ ਸਭ ਇਹ ਹੈ ਕਿ ਜੋ ਤੁਹਾਨੂੰ ਬਾਲੀਵੁੱਡ ਦਾ ਚਿਹਰਾ ਕੁਛ ਹੈ ਨਾ ਬਾਹਰੋਂ, ਉਹ ਹੋਵੇ ਚਿਹਰਾ ਉਹਦਾ ਫੈਨ ਨਹੀਂ ਗਾ। ਸਾਨੂੰ ਟੀਵੀ ਚੈਨਲਾਂ ਦੇ ਉੱਤੇ ਸਾਨੂੰ ਵੱਡੇ ਪਰਦੇ ਦੇ ਉੱਤੇ ਚਮਕ ਦਮਕ ਦਿਸਦੀ ਆ। ਅਸੀਂ ਇਹ ਗੱਲ ਕਹਿੰਦੇ ਵੀ ਦੇਖੋ ਹੀਰੋ ਹੀਰੋਇਨ ਕਿੰਨੇ ਸੋਹਣੇ ਆ ਤੇ ਕਿੰਨੀ ਵੱਡੀ ਇਹਨਾਂ ਦੀ ਜ਼ਿੰਦਗੀ ਆ, ਕਮਾਲ ਦੀ ਜ਼ਿੰਦਗੀ ਆ, ਮਹਿਲੀਆਂ ਕਾਰਾਂ ਵਾਲੀ ਗੱਲ ਆ, ਹੱਸਦੇ ਖੇਡਦੇ ਆ, ਰੋਮਾਂਟਿਕ ਗੱਲਾਂ ਕਰਦੇ ਆ, ਪਿਆਰ ਕਰਦੇ ਆ, ਨੱਚਦੇ ਆ, ਟੱਪਦੇ ਆ, ਅਸੀਂ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਇਸ ਚਮਕ ਦਮਕ ਨੂੰ। ਪਰ ਹਰ ਹੱਸਦੇ ਬੰਦੇ ਦੇ ਪਿੱਛੇ ਇੱਕ ਹੁੰਦੀ ਆ ਲੁਕਵੀ, ਜਿਹੜੀ ਕਿ ਦਰਦ ਭਰੀ ਵੀ ਹੁੰਦੀ ਆ। ਹੁਣ ਵੱਡੀ ਗਿਣਤੀ ਦੇ ਵਿੱਚ ਕਲਾਕਾਰ ਇਹੋ ਜਿਹੇ ਵੀ ਜਿਹੜੇ ਪਰਦੇ ਦੇ ਉੱਤੇ ਤਾਂ ਹੱਸਦੇ ਆ ਪਰ ਅੰਦਰੋਂ ਟੁੱਟੇ ਹੋਏ ਆ, ਉਹਨਾਂ ਦੇ ਅੰਦਰ ਇੱਕ ਧੂਣੀ ਧੁੱਖ ਰਹੀ ਆ। ਜਿਵੇਂ ਕਿ ਸੁਸ਼ਾਂਤ ਰਾਜਪੂਤ ਦੇ ਅੰਦਰ ਵੀ ਧੂਣੀ ਧੁੱਖ ਰਹੀ ਸੀ ਤੇ ਉਸ ਧੂਣੀ ਨੇ ਉਹਨੂੰ ਮਰਨ ਵਾਸਤੇ ਮਜਬੂਰ ਕਰਤਾ। ਹੁਣ ਖ਼ਬਰਾਂ ਦੇ ਮੁਤਾਬਕ ਉਹਨੇ ਖੁਦਕੁਸ਼ੀ ਕੀਤੀ। 7 ਫਿਲਮਾਂ ਉਹਦੇ ਕੋਲੋਂ ਬਾਲੀਵੁੱਡ ਦੇ ਖੋਲੀਆਂ ਸੀ। ਬਾਲੀਵੁੱਡ ਦੇ ਵਿੱਚ ਰਾਜਨੀਤੀ ਭਾਈ ਭਤੀਜਾਵਾਦ ਇਸ ਤਰੀਕੇ ਨਾਲ ਚੱਲਦਾ ਵੀ ਜੇਕਰ ਕੋਈ ਗੈਰ ਫਿਲਮੀ ਬੰਦਾ ਕਾਮਯਾਬ ਹੁੰਦਾ, ਯਾਨੀ ਕਿ ਕਿਸੇ ਦਾ ਫਿਲਮੀ ਪਰਿਵਾਰ ਨਹੀਂ ਹੈ ਤੇ ਬਾਹਰੋਂ ਆ ਕੇ ਬੰਦਾ ਕਾਮਯਾਬ ਹੁੰਦਾ, ਤਾਂ ਵੱਡੇ ਵੱਡੇ ਕੈਂਪ ਆ, ਵੱਡੇ ਵੱਡੇ ਪ੍ਰੋਡਿਊਸਰ ਡਾਇਰੈਕਟਰ ਆ, ਉਹਨੂੰ ਕਿਵੇਂ ਖੁੱਡੇ ਲਾਉਂਦੇ ਆ। ਤੇ ਇਹ ਇੱਕ ਬਹੁਤ ਵੱਡਾ ਸੱਚ ਸਾਹਮਣੇ ਆਇਆ। ਉਹਨੂੰ 7 ਫਿਲਮਾਂ ਦੇ ਕੇ ਤੇ 7 ਉੱਤੇ ਕੋਲੋਂ ਖੋ ਲਈਆਂ ਗਈਆਂ ਤੇ ਉਹਦੀ ਥਾਂ ਦੇ ਉੱਤੇ ਹੋਰ ਬੰਦਿਆਂ ਨੂੰ ਨਾਲ ਲੈ ਕੇ ਤੇ ਫਿਲਮਾਂ ਬਣਾਈਆਂ ਤੇ ਉਹ ਫਿਲਮਾਂ ਦੇ ਵਿੱਚੋਂ ਕਈ ਸੁਪਰ ਹਿੱਟ ਵੀ ਹੋ ਗਈਆਂ। ਫਿਰ ਕਈ ਗੱਲਾਂ ਇਹੋ ਜਿਹੀਆਂ ਹੋਰ ਵੀ ਹੈ। ਹੁਣ ਉਹਦੇ ਜਦੋਂ ਖੁਦਕੁਸ਼ੀ ਕਰਨ ਲਈ ਕੁਛ ਲੱਗੀ ਤਾਂ ਖ਼ਬਰਾਂ ਇਹ ਆ ਰਹੀਆਂ ਵੀ ਕੀ ਉਹਨੇ ਖੁਦਕੁਸ਼ੀ ਸੱਚੀ ਕੀਤੀ ਹੈ ਜਾਂ ਉਹਨੂੰ ਕਿਸੇ ਨੇ ਮਰਨ ਵਾਸਤੇ ਮਜਬੂਰ ਕੀਤਾ, ਕੀ ਉਹਦਾ ਕਤਲ ਤਾਂ ਨਹੀਂ ਹੋਇਆ, ਇਹੋ ਜਿਹੇ ਸਵਾਲ ਉੱਠਦੇ। ਹੁਣ ਸ਼ੇਖਰ ਸੁਮਨ ਜਿਹੜੇ ਕਿ ਛੋਟੇ ਪੱਤੇ ਦੇ ਕਲਾਕਾਰ ਰਹੇ ਆ, ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਬਾਪ ਨੂੰ ਜਾ ਕੇ ਮਿਲੇ ਆ। ਸ਼ੇਖਰ ਸੁਮਨ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਆ, ਉਹ ਕਹਿੰਦੇ ਵੀ ਇਸ ਗੱਲ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ, CBI ਪੜਤਾਲ ਦੀ ਲੋੜ ਹੈ ਵੀ ਸੁਸ਼ਾਂਤ ਰਾਜਪੂਤ ਨੇ ਇੱਕ ਮਹੀਨੇ ਦੇ ਵਿੱਚ 50 ਮੋਬਾਈਲ ਸਿਮ ਕਿਉਂ ਬਦਲੇ, ਇਹਦੇ ਪਿੱਛੇ ਕਾਰਨ ਕੀ ਹੈ, ਉਹਨੂੰ ਕੌਣ ਤੰਗ ਕਰ ਰਿਹਾ ਸੀ ਵੀ ਉਹ ਹਰ ਤੀਜੇ ਦਿਨ ਜਾਂ ਹਰ ਦੂਜੇ ਦਿਨ ਜਾਂ ਹਰ ਰੋਜ਼ ਆਪਣਾ ਮੋਬਾਈਲ ਸਿਮ ਬਦਲ ਲੈਂਦਾ ਸੀਗਾ। ਫਿਰ ਉਹਨੇ ਇਹ ਸਵਾਲ ਕੀਤਾ ਕਿ ਜਿਹੜੇ ਬੰਦੇ ਨੇ ਇੱਕ ਰਾਤ ਪਹਿਲਾਂ ਆਪਣੇ ਦੋਸਤਾਂ ਨੂੰ ਪਾਰਟੀ ਕੀਤੀ ਹੋਵੇ, ਸਵੇਰੇ 9 ਵਜੇ ਉੱਠ ਕੇ ਆਪਣੇ ਸਰਵੈਂਟ ਤੋਂ ਆਪਣੇ ਨੌਕਰ ਤੋਂ ਜੂਸ ਦਾ ਗਲਾਸ ਮੰਗਿਆ ਹੋਵੇ, ਜੂਸ ਪੀ ਕੇ ਉਹ ਕਮਰੇ ਦੇ ਵਿੱਚ ਗਿਆ ਹੋਵੇ, ਆਖਿਰ ਇਹੋ ਜਿਹੀ ਕਿਹੜੀ ਗੱਲ ਬਣ ਗਈ ਇੱਕ ਦੋ ਮਿੰਟਾਂ ਦੇ ਵਿੱਚ ਕਿ ਕਮਰੇ ਦੇ ਵਿੱਚ ਜਾ ਕੇ ਫਾਹਾ ਲੈ ਲੈਂਦਾ। ਉਹਨੇ ਇਹ ਗੱਲ ਕਹੀ ਹੈ ਕਿ ਜੇਕਰ ਇਸ ਮਾਮਲੇ ਦੀ CBI ਜਾਂਚ ਪੜਤਾਲ ਕੀਤੀ ਜਾਵੇ ਤਾਂ ਗਰੰਟੀ ਨਾਲ ਕਹਿ ਸਕਦੇ ਆ ਵੀ ਇਸ ਮਾਮਲੇ ਦੇ ਵਿੱਚ ਕਈ ਲੋਕਾਂ ਦੇ ਨਾਂ ਸ਼ਾਮਿਲ ਹੋ ਸਕਦੇ ਆ। ਇਹ ਵੀ ਪਤਾ ਲੱਗਾ ਕਿ ਇਸ ਮਾਮਲੇ ਦੇ ਵਿੱਚ CBI ਜਾਂਚ ਕਰਾਉਣ ਦੀ ਮੰਗ ਹੈ ਜਿਹੜੀ ਹੋਰ ਕਲਾਕਾਰਾਂ ਨੇ ਵੀ ਕੀਤੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੇ ਉੱਤੋਂ ਜੇਕਰ ਪਰਦਾ ਚੁੱਕਿਆ ਜਾਂਦਾ ਤਾਂ ਇਹ ਗੱਲ ਸਾਹਮਣੇ ਆ ਸਕਦੀ ਹੈ ਵੀ ਉਹਨੇ ਫਾਹਾ ਨਹੀਂ ਲਿਆ, ਉਹਦਾ ਕਤਲ ਕੀਤਾ ਗਿਆ। ਆਰਿਫ ਸ਼ੇਖਰ ਸੁਮਨ ਨੇ ਗੱਲ ਕਹੀ ਹੈ ਵੀ ਜਿਹੜੇ ਬਾਲੀਵੁੱਡ ਦੇ ਕਲਾਕਾਰ ਆ ਉਹਨਾਂ ਦੇ ਵਿੱਚੋਂ ਕਈ ਫਲੈਟਾਂ ਦੇ ਵਿੱਚ ਰਹਿੰਦੇ ਆ ਤੇ ਬੰਬੇ ਦੇ ਵਿੱਚ ਫਲੈਟ ਇੰਨੇ ਉੱਚੇ ਨਹੀਂ ਹੁੰਦੇ, ਛੱਤ ਵਾਲੇ ਇੰਨੀ ਉੱਚੀ ਛੱਤ ਨਹੀਂ ਹੁੰਦੀ ਕਿ ਉਹਨਾਂ ਦੇ ਨਾਲ ਕੋਈ ਬੰਦਾ ਲਮਕ ਸਕੇ, ਜਾਂ ਨੀਵੇਂ ਨੀਵੇਂ ਛੱਤਾਂ ਹੁੰਦੀਆਂ। ਇਸ ਕਰਕੇ ਸਵਾਲ ਉਹਨੇ ਕੀਤੇ ਆ, ਹੁਣ ਇਹਨਾਂ ਸਵਾਲਾਂ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਇਹ ਬਾਕੀ ਵਕਤ ਦੀ ਗੱਲ। ਬਿਲਕੁਲ ਬਿਲਕੁਲ, ਬੜੀ ਵੱਡੀ ਵਿਚਾਰਨ ਵਾਲੀ ਗੱਲ ਹੈ। ਉਧਰ ਨਾਭੇ ਦੇ ਵਿੱਚ ਨਾਭਾ ਪੁਲਿਸ ਨੇ 1 ਕਿਲੋ ਫੀਮ ਸਮੇਤ ਤਸਕਰ ਨੂੰ ਕਾਬੂ ਕੀਤਾ। ਕੋਈ ਖਾਸ ਵੱਡੀ ਗੱਲ ਤਾਂ ਹੈ ਨੀ, ਪਰ ਚੱਕ ਲਿਆ ਵਿਚਾਰਾ ਕਿਧਰੋਂ। ਜੀ
ਦੇਖੋ ਗੱਲ ਇਹ ਜੀ ਕਿ ਭਾਵੇਂ ਹੋਵੇ 1 ਗ੍ਰਾਮ ਤੇ ਭਾਵੇਂ ਹੋਵੇ 100 ਗ੍ਰਾਮ ਤੇ ਭਾਵੇਂ ਹੋਵੇ 100 ਕਿਲੋ ਕੇਸ NDPS ਐਕਟ ਦਾ ਹੀ ਬਣਦਾ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਜ ਵੀ ਨਸ਼ੇ ਵਿਕ ਰਹੇ ਆ ਤੇ ਉਸ ਤੋਂ ਬਾਅਦ ਦੁੱਖ ਹੁੰਦਾ। ਪਿਛਲੇ ਦਿਨੀ ਇੱਕ ਰਿਪੋਰਟ ਸਾਹਮਣੇ ਆਈ ਸੀ ਕਿ ਜਿਹੜੀ ਕੋਰਟ ਸੈਂਟਰਾਂ ਦੇ ਵਿੱਚ ਜਿਹੜੀ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਵਿਪਰੋ ਨੌਰਫਿਨ ਦੀ ਗੋਲੀ ਮਿਲਦੀ ਆ ਉਹਦੇ ਉੱਤੇ ਬੜੀ ਵੱਡੀ ਖ਼ਬਰ ਬਣੀ ਸੀ। ਉਹਦਾ ਕਾਰਨ ਇਹ ਹੈ ਕਿ ਮੰਨ ਲਓ ਅੱਜ ਨਸ਼ੇੜੀ ਜਿਹੜੇ ਆ ਨਸ਼ੇ ਦੇ ਆਦੀ ਜਿਹੜੇ ਉੱਥੇ ਜਾਂਦੇ ਨਸ਼ਾ ਛੱਡਣ ਦੇ ਲਈ ਉਹਨਾਂ ਦਾ ਨਸ਼ਾ ਛੁਡਵਾਉਣ ਦੇ ਲਈ ਉਹਨਾਂ ਦੀ ਤਲਬ ਮੁਕਾਉਣ ਦੇ ਲਈ ਵਿਪਰੋ ਨੌਰਫਿਨ ਦੀ ਗੋਲੀ ਦਿੱਤੀ ਜਾਂਦੀ ਹੈ ਦਿਨ ਦੇ ਵਿੱਚ 1 ਗੋਲੀ ਮਿਲਦੀ ਆ ਉਹ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਬਦਲਵੇਂ ਪ੍ਰਬੰਧ ਦੇ ਤੌਰ ਦੇ ਉੱਤੇ ਤੁਸੀਂ ਨਸ਼ੇੜੀ ਨੂੰ ਗੋਲੀ ਤਾਂ ਦਿੱਤੀ ਪਰ ਜੇਕਰ ਹੁਣ ਗੋਲੀ ਦਾ ਆਦੀ ਹੋਗਾ ਤੇ ਗੋਲੀ ਕਿਵੇਂ ਛੁਡਵਾਓਗੇ। ਹੁਣ ਕਈ ਨਸ਼ੇੜੀ ਇਹੋ ਜਿਹੇ ਆ ਜਿਹੜੇ ਦਿਨ ਦੇ ਵਿੱਚ 3-3 ਗੋਲੀਆਂ ਖਾਂਦੇ ਆ ਤੇ ਉਹ ਉਹਨਾਂ ਨੂੰ ਅਸੀਂ ਭੁੱਕੀ ਤੋਂ ਹਟਾ ਤਾ ਚਲੋ ਪੋਸਟ ਤੋਂ ਹਟਾਤਾ ਜਾਂ ਚਿੱਟੇ ਤੋਂ ਹਟਾਤਾ ਮਜਬੂਰੀ ਦੇ ਵਿੱਚੋਂ ਹਟ ਗਏ ਵੀ ਕਿਉਂਕਿ ਉਹਨਾਂ ਦੇ ਕੋਲ ਪੈਸੇ ਹੋਏ ਲੋਕਡਾਊਨ ਦੇ ਕਰਕੇ ਕੰਮ ਛੁੱਟ ਗਏ ਤੇ ਹੁਣ ਜੇਕਰ ਉਹ ਗੋਲੀ ਦੇ ਆਦੀ ਹੋ ਗਏ ਤਾਂ ਗੋਲੀ ਛੁਡਵਾਉਣ ਦੇ ਲਈ ਕੀ ਕਰੋਗੇ ਕਿਉਂਕਿ ਇਹ ਗੋਲੀ ਵੀ ਬਹੁਤ ਘੱਟ ਤਾ ਕਿਉਂਕਿ ਇਹ ਗੋਲੀ ਹੈ ਜਿਹੜੀ ਉਹਨਾਂ ਬਦਲ ਦੇ ਤੌਰ ਦੇ ਉੱਤੇ ਆਪਾਂ ਦਿੱਤੀ ਹੁਣ ਉਹ ਇਹਦੇ ਉੱਤੇ ਟਕਦੇ ਆ ਤੇ ਇਹੋ ਜਿਹੀ ਇੱਕ ਰਿਪੋਰਟ ਆਈ ਸੀ ਜਿਹਦੇ ਬਾਬਤ ਕੋਈ ਉੱਤਰ ਕਿਸੇ ਨੇ ਨਹੀਂ ਦਿੱਤਾ। ਪਰ ਜਿਹੜੀ ਤੁਸੀਂ ਖ਼ਬਰ ਪੁੱਛੀ ਹੈ ਇਹ ਹੈ ਕਿ ਨਾਭੇ ਦੇ ਕੋਲੇ ਪਿੰਡ ਮਹਿਸ ਇੱਥੇ ਇੱਕ ਇੰਡੀਗੋ ਕਾਰ ਹੈ ਜਿਹੜੀ ਉਹਦੀ ਤਲਾਸ਼ੀ ਲਈ ਗਈ ਹੈ। ਇੰਡੀਗੋ ਕਾਰ ਦੇ ਵਿੱਚ ਇੱਕ ਬੰਦਾ ਆਉਂਦਾ ਸੀ ਜਿਹੜਾ ਤਸਕਰੀ ਕਰਦਾ ਪੁਲਿਸ ਨੇ ਕਿਸੇ ਨੇ ਮੁਖਬਰੀ ਕੀਤੀ ਸੀ ਕਿ ਇੱਕ ਬੰਦਾ ਕਿਲੋ ਫੀਮ ਲੈ ਕੇ ਆ ਰਿਹਾ ਆਹ ਨੰਬਰ ਦੀ ਗੱਡੀ ਹੈ ਉਹ ਇਕੱਲਾ ਤੇ ਪੁਲਿਸ ਨੇ ਜਦੋਂ ਤਲਾਸ਼ੀ ਲਈ ਤੇ ਇਹਦੇ ਕੋਲੋਂ 1 ਕਿਲੋ ਫੀਮ ਫੜ ਲਈ ਹੈ। ਹੁਣ ਇਹਦੇ ਉੱਤੇ NDPS ਧੜਾਵਾਂ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਤੇ ਪੁਲਿਸ ਨੇ ਇਹ ਗੱਲ ਕਹੀ ਹੈ ਵੀ ਇਹ ਬੰਦਾ ਕੰਮ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਰਦਾ ਸੀਗਾ ਪਰ ਕਾਬੂ ਹੁਣ ਪਹਿਲੀ ਵਾਰੀ ਆਇਆ ਜੀ। ਜੀ 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 ਚਲੋ ਦੇਖਦੇ ਹਾਂ ਕੀ ਬਣਦਾ ਉਹਦੇ ਨਾਲ। ਉਧਰ ਪ੍ਰਾਈਵੇਟ ਸਕੂਲਾਂ ਦੀ ਦਾਖਲਾ ਫੀਸ ਦੀ ਗੱਲ ਚੱਲੀ ਹੈ ਕਈ ਦਿਨਾਂ ਦੀ ਰੜਕ ਰਹੀ ਹੈ। ਹੁਣ ਸਰਕਾਰ ਪਤਾ ਲੱਗਿਆ ਕਿ ਅਦਾਲਤ ਦੇ ਵਿੱਚ ਕੇਸ ਕਰੂਗੀ ਚੁਣੌਤੀ ਦਊਗੀ ਇਸ ਮਾਮਲੇ ਨੂੰ। ਦੇਖੋ ਇਹ ਸਾਰਾ ਡਰਾਮਾ ਕੀਤਾ ਜਾ ਰਿਹਾ ਜੀ। ਹੁਣ ਪਹਿਲਾਂ ਮਾਪਿਆਂ ਦੀਆਂ ਅੱਖਾਂ ਠੰਡੀਆਂ ਕਰਨ ਦੇ ਲਈ ਸਰਕਾਰ ਦੇ ਵੱਲੋਂ ਇਹ ਸਾਰੀ ਗੱਲਬਾਤ ਕਹੀ ਜਾ ਰਹੀ ਹੈ। ਜੇਕਰ ਸਰਕਾਰ ਸੱਚੇ ਦਿਲੋਂ ਚਾਹੁੰਦੀ ਹੁੰਦੀ ਵੀ ਆਪਾਂ ਏਦਾਂ ਨਹੀਂ ਹੋਣ ਦੇਣਾ ਫੀਸਾਂ ਜਿਹੜੀਆਂ ਉਹ ਲੋਕਾਂ ਦੇ ਉੱਤੇ ਬੋਝ ਨਹੀਂ ਪੈਣ ਦੇਣਾ ਤਾਂ ਫਿਰ ਸਰਕਾਰ ਨੇ ਇਸ ਤੋਂ ਪਹਿਲਾਂ ਹੀ ਆਪਣਾ ਸਾਰਾ ਕੰਮਕਾਜ ਕਰਨਾ ਸੀਗਾ ਨਾ ਕਿ ਉਹਨਾਂ ਨੇ ਹੁਣ ਜਦੋਂ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਗੱਲ ਕਰਨੀ ਸੀ। ਉਹਦਾ ਕਾਰਨ ਇਹ ਹੈ ਵੀ ਜਦੋਂ ਹੁਣ ਲੋਕਡਾਊਨ ਰਿਹਾ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਸ ਤੋਂ ਬਾਅਦ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਵੀ ਭਾਈ ਫੀਸ ਆ ਜਿਹੜੀ ਉਹ ਸਕੂਲਾਂ ਦੇ ਵੱਲੋਂ ਲਗਾਤਾਰ ਮੰਗੀ ਜਾ ਰਹੀ ਆ। ਹੁਣ ਇੱਕ ਪਾਸੇ ਤਾਂ ਲੋਕਡਾਊਨ ਦੇ ਕਰਕੇ ਲੋਕਾਂ ਦੇ ਕੰਮ ਛੁੱਟ ਗਏ ਆ ਲੋਕ ਆ ਜਿਹੜੇ ਵਿਹਲੇ ਬਹਿ ਗਏ। ਉਸ ਤੋਂ ਬਾਅਦ ਅਗਲੀ ਗੱਲ ਇਹ ਵੀ ਕਿ ਸਕੂਲਾਂ ਦੇ ਪ੍ਰਬੰਧਕ ਆ ਉਹ ਵਾਰ ਵਾਰ ਮਾਪਿਆਂ ਨੂੰ ਇਹ ਗੱਲ ਕਹਿ ਰਹੇ ਆ ਵੀ ਤੁਸੀਂ ਆਪਣੇ ਬੱਚਿਆਂ ਦੀ ਟਿਊਸ਼ਨ ਫੀਸ ਵੀ ਜਮ੍ਹਾਂ ਕਰਵਾਓ ਤੁਸੀਂ ਆਪਣੇ ਬੱਚਿਆਂ ਦੀ ਦਾਖਲਾ ਫੀਸ ਵੀ ਜਮ੍ਹਾਂ ਕਰਵਾਓ। ਹੁਣ ਮਾਪੇ ਅੱਗੋਂ ਇਹ ਸਵਾਲ ਕਰਦੇ ਆ ਵੀ ਜਦੋਂ ਸਕੂਲ ਬੰਦ ਆ 3 ਮਹੀਨਿਆਂ ਤੋਂ ਬੱਚਾ ਉਹ ਸਕੂਲ ਆ ਨਹੀਂ ਰਿਹਾ ਤੁਸੀਂ ਸਕੂਲ ਆ ਨਹੀਂ ਰਹੇ ਅਧਿਆਪਕ ਸਕੂਲ ਆ ਨਹੀਂ ਰਹੇ ਤਾਂ ਫਿਰ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਤੁਸੀਂ ਕਹਿ ਦੇ ਕਿ ਫੀਸਾਂ ਜਮ੍ਹਾਂ ਕਰਵਾਓ। ਹੁਣ ਇਹ ਮਾਮਲਾ ਜਿਹੜਾ ਚਲਾ ਗਿਆ ਸੀਗਾ ਅਦਾਲਤ ਦੇ ਵਿੱਚ ਅਦਾਲਤ ਨੇ ਸਕੂਲਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਤਾ ਅਦਾਲਤ ਦੇ ਨਿੱਜੀ ਸਕੂਲਾਂ ਦੇ ਹੱਕ ਤੇ ਫੈਸਲਾ ਸੁਣਾਉਂਦੇ ਹੋਏ ਕਹਿਤਾ ਵੀ ਭਾਈ ਟਿਊਸ਼ਨ ਫੀਸ ਵੀ ਜਮ੍ਹਾਂ ਕਰਵਾਓ ਤੇ ਤੁਸੀਂ ਦਾਖਲਾ ਫੀਸ ਵੀ ਜਮ੍ਹਾਂ ਕਰਵਾਓ। ਹੁਣ ਇਸ ਮਾਮਲੇ ਦੇ ਉੱਤੇ ਅਧਿਆਪਕ ਆ ਜਿਹੜੇ ਉਹ ਤਾਂ ਖੁਸ਼ ਆ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕ ਬੜੇ ਖੁਸ਼ ਆ ਪਰ ਜਿਹੜੇ ਇਸ ਵਕਤ ਮਾਪੇ ਤੇ ਵਿਦਿਆਰਥੀ ਆ ਉਹ ਨੀਵਾਂ ਤੋਂ ਨੀਵੇਂ ਹੋ ਗਿਆ। ਹੁਣ ਕਿਉਂਕਿ ਵੋਟਾਂ ਵੀ ਆਉਣ ਸਮੇਂ ਦੇ ਵਿੱਚ ਸਿਰ ਦੇ ਉੱਤੇ ਮੈਂ ਮੰਨ ਰਿਹਾ ਡੇਢ ਸਾਲ ਬਾਅਦ ਵੋਟਾਂ ਪੈਣੀਆਂ। ਹੁਣ ਸਰਕਾਰ ਦਾ ਕੀ ਕਿਹਾ ਜੀ ਕਿ ਜੋ ਹਾਈਕੋਰਟ ਦੇ ਵੱਲੋਂ ਫੈਸਲਾ ਕੀਤਾ ਗਿਆ ਮਾਪਿਆਂ ਦੇ ਖਿਲਾਫ ਤੇ ਸਕੂਲਾਂ ਦੇ ਹੱਕ ਦੇ ਵਿੱਚ ਇਹਨੂੰ ਅਸੀਂ ਹਾਈਕੋਰਟ ਦੀ ਡਬਲ ਬੈਂਚ ਦੇ ਮੂਹਰੇ ਚੁਣੌਤੀ ਦੇਵਾਂਗੇ ਤਾਂ ਜੋ ਇਨਸਾਫ਼ ਮਿਲ ਸਕੇ। ਪਰ ਗੱਲ ਇਹ ਹੈ ਵੀ ਭਾਵੇਂ ਨਿੱਜੀ ਸਕੂਲ ਆ ਤੇ ਭਾਵੇਂ ਨਿੱਜੀ ਹਸਪਤਾਲ ਆ ਜੇਕਰ ਇਹ ਸਰਕਾਰ ਦੇ ਨੱਕ ਦੇ ਸੱਤੇ ਮਨਮਾਨੀਆਂ ਕਰਦੇ ਆ ਤੇ ਸਰਕਾਰ ਬਾਹਰ ਦੇ ਵਿੱਚ ਡਰਾਮੇਬਾਜ਼ੀ ਕਰਦੀ ਹੈ ਅੱਖਾਂ ਪੂਝਦੀ ਹੈ ਲੋਕਾਂ ਦੀਆਂ ਤਾਂ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਪੰਜਾਬ ਦੇ ਸਿੱਖਿਆ ਮੰਤਰੀ ਨੇ ਗੱਲ ਕਹੀ ਹੈ ਕਿ ਅਸੀਂ ਮਾਪਿਆਂ ਦੇ ਨਾਲ ਆ ਤੇ ਪਰ ਗੱਲ ਇਹ ਹੈ ਵੀ ਅੰਦਰ ਖਾਤੇ ਸਰਕਾਰ ਦੇ ਅੱਧੇ ਲੋਕ ਆ ਜਿਹੜੇ ਨਿੱਜੀ ਸਕੂਲਾਂ ਦੇ ਵੀ ਨਾਲ ਹੈਗੇ ਆ ਇਹੋ ਜਿਹਾ ਕੰਮ ਪੰਜਾਬ ਦੇ ਵਿੱਚ ਚੱਲ ਰਿਹਾ। ਟਨ ਸਾਹਿਬ ਪਤਾ ਲੱਗਿਆ ਬਠਿੰਡਾ ਥਰਮਲ ਪਲਾਂਟ ਦੇ ਨੇੜੇ ਇੱਕ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ ਕਿਉਂ ਉਹਨੂੰ ਲੋੜ ਪੈ ਗਈ ਖੁਦਕੁਸ਼ੀ ਕਰਨ ਦੀ ਬਠਿੰਡਾ ਥਰਮਲ ਪਲਾਂਟ ਦੇ ਨੇੜੇ ਬਿਜਲੀ ਤਾਂ ਆਪਣੇ ਹਿਸਾਬ ਨਾਲ ਹੀ ਮਿਲੂਗੀ। ਦੇਖੋ ਗੱਲ ਇਹ ਹੈਗੀ ਹੈ ਜੀ ਕਿ ਜੋਗਿੰਦਰ ਸਿੰਘ ਨਾਂ ਦਾ ਇਹ ਬਜ਼ੁਰਗ ਆ ਜਿਹਦੇ ਕੋਲ ਇੱਕ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਵੀ ਸੀਗਾ
एक बैनर भी पिया सीगा उस बैनर के उत्ते गुरु नानक देव जी की फोटो भी लगी सी पटे के उत्ते ते थले उन्हें लिखा सीगा कि इस थर्मल नू वेचण तो रोकण दे लई मैं कर दिया जिंद कुर्बान ते गुरु नानक देव थर्मल प्लांट है बठिंडे दी शान ये उस उहदे पट्टे दे उत्ते लिखा होया सीगा। ये जोगिंदर सिंह समरूर के पिंड चीमा मंडी का रहने वाला सी और ये भेत भरी हालात के मौत आ जिहड़ी सामने आई है कुछ लोगों का यह कहना भी उन्हें खुदकुशी की है कुछ का कहना गर्मी नाल मौत हो गई है पर जिस तरीके दे फटा पिया बैनर पिया झंडा भी सी उस तो बाद सवाल कई तरह के पैदा हो गए भी बठिंडे के थर्मल प्लांट ने जिसे कि बठिंडे की तरक्की च योगदान पाया सरकार नीतां बदल गई वह कहेंगा जी कि अभी तो हम इन ढा के पदरा करके इतने हम सिटी सेंटर बनावांगे हुण तां जी असीं इहनूं विकास नवे सिरे तों करांगे रुजगार देवांगे नाले पैसे कमावांगे। हुण लोक इहदा विरोध कर रहे आ राजनीतिक पार्टियां विरोध कर रही आम लोगों के मनां दे विच वी इह गल आ वी बाबे नानक दे नां दे उत्ते थर्मल प्लांट बनाया ते तुसीं जे विकास ही करना तां इहनूं होर तरीके नाल कॉन्शियस तरीके नाल इहदी वरतों कर लो ना कि इहनूं ढाओ। पर हुण सरकार ने तां फैसला कर लिया भी आपां ढा देणा ते इहदी गल कही सी जी कि इत्थे इन्ने कर्जा बनावांगे इन्ने कर्जा बनावांगे ते कैबिनेट की मीटिंग दे विच मंजूरी भी मिल गई। सो बुजुर्ग जोगिंदर सिंह जी दी खुदकुशी तो बाद जिवें कि खबरां आईयां भी उन्होंने खुदकुशी की है उस तो बाद वख वख राजनीतिक पार्टियां ने सत्ताधारी धिर नूं घेरना शुरू करता। आम आदमी पार्टी ने मनप्रीत बादल के अस्तीफे की मंग की है क्योंकि मनप्रीत बादल ने 217 दीआं विधानसभा चोणां दे मौके इस गल का वादा किया कि तुसीं मैनूं वोटां पाओ बठिंडे तो जिताओ पंजाब दे विच कांग्रेस की सरकार लेके आओ ते मैं थोड़े नाल वादा करदा कि इस बठिंडे दे थर्मल प्लांट नूं आपां चलदा रखांगे चलदा कर देंगे जिहड़ा बंद पिया। पर हुण जदों उह जित गए आ 7-3 साल सरकार बनी नूं हो गए आ तां उस तों बाद उहनां ने इहनूं बंद करन दा फैसला करके पक्के तौर ते चलदा करता जिहदे करके बहुत वड्डे पद्धर दे उत्ते विरोध भी हो रहा। गल इक पासे विरोध दी आ ते दूजे पासे सिधांतां दी आ। हुण भावें मजबूरियां दस्सियां जाणगियां जी इतने का 7.5 रुपये की एक यूनिट पैंती सी ये महंगा बहुत पैंता सी ये तो अभी 35-40 साल पुराना हो गया ये बुढ़ी मशीनरी हो गई है पर यह मशीनरी उदो भी उन्नी सी जो 17 के आप वादा किया पर उदो आप वोटा लेनिया सी हम वोटा निकल गई। टैनल साहब केसगढ़ तख्त श्री केसगढ़ साहब लंगर का जरा घोटाला जा सब्जी का घोटाला जो मर्जी कह दो ਉਹਦੇ ਕਰਕੇ ਮੈਨੇਜਰ ਸਮੇਤ 5 ਨੂੰ ਮੁਅੱਤਲ ਕੀਤਾ ਗਿਆ ਇਹ ਕੀ ਅਸਰ ਹੋਊਗਾ ਇਹ ਚੀਜ਼ ਦਾ ਅੱਗੇ ਕੋਈ ਇਸ ਦੀ ਜਾਂਚ ਹੋਊਗੀ। ਦੇਖੋ ਜੀ ਜਾਂਚ ਹੋ ਗਈ ਹੈ ਪੜਤਾਲ ਹੋ ਗਈ ਹੈ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਮੈਨੇਜਰ ਨੂੰ ਇਹ 5 ਜਣਿਆਂ ਨੂੰ ਇੱਥੋਂ ਮੁਅੱਤਲ ਕੀਤਾ ਗਿਆ ਨੌਕਰੀ ਤੋਂ ਕੱਢ ਦਿੱਤਾ ਗਿਆ। ਜਿਹੜਾ ਮੈਨੇਜਰ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਉਹਨੂੰ ਨੌਕਰੀ ਤੋਂ ਕੱਢ ਕੇ ਤੇ ਗੁਰਦੀਪ ਸਿੰਘ ਕੰਗ ਨੂੰ ਨਵਾਂ ਮੈਨੇਜਰ ਬਣਾ ਦਿੱਤਾ ਗਿਆ। ਮਾਮਲਾ ਅਸਲ ਦੇ ਵਿੱਚ ਇਹ ਆ ਆਪਾਂ ਪਿਛਲੇ ਜਿਹੜੀ ਖਬਰ ਸਾਂਝੀ ਕੀਤੀ ਸੀਗੀ ਉਹ ਇਹ ਸੀ ਕਿ ਜਦੋਂ ਲੋਕਡਾਊਨ ਦਾ ਸਮਾਂ ਸੀਗਾ 1 ਅਪ੍ਰੈਲ ਤੋਂ 24 ਜੂਨ ਤੱਕ 3 ਮਹੀਨੇ ਦੇ ਵਿੱਚ ਇੱਥੇ ਲੰਗਰ ਦੀਆਂ ਸਬਜ਼ੀਆਂ ਦੇ ਵਿੱਚ ਹੇਰਾਫੇਰੀ ਕੀਤੀ ਗਈ ਹੈ ਕੁੱਝ ਲੋਕਾਂ ਦੇ ਵੱਲੋਂ। ਹੁਣ ਜਦੋਂ ਸਾਰੇ ਧਾਰਮਿਕ ਸਥਾਨ ਬੰਦ ਸੀਗੇ ਤਾਲਾਬੰਦ ਸੀਗੇ ਤਾਂ ਇੱਥੋਂ ਦੇ ਬਿੱਲ ਆ ਜਿਹੜੇ ਇਹ ਪਾਏ ਗਏ ਵੀ ਭਾਈ ਅਸੀਂ ਤਾਂ ਜਿਹੜੀਆਂ ਕੱਚੀਆਂ ਹਰੀਆਂ ਸਬਜ਼ੀਆਂ ਜਿਹੜੀਆਂ ਉਹ ਵੱਖ ਵੱਖ ਥਾਵਾਂ ਤੋਂ ਬੜੀਆਂ ਲਈਆਂ ਜਦੋਂ ਲੰਗਰ ਕਿਤੇ ਨਹੀਂ ਲਾਇਆ ਤੇ ਫਿਰ ਹਰੀਆਂ ਸਬਜ਼ੀਆਂ ਕਿੱਥੋਂ ਲੈ ਲਈਆਂ ਕਾਹਦੇ ਲਈ ਲੈ ਲਈਆਂ ਹਰੀਆਂ ਸਬਜ਼ੀਆਂ ਵੀ 2-4 ਕਿਲੋ ਨਹੀਂ ਸਗੋਂ ਲੱਖਾਂ ਰੁਪਏ ਦੀਆਂ ਭਿੰਡੀਆਂ ਤੋਰੀਆਂ ਘੀਏ ਟਮਾਟਰ ਇਹ ਗੰਢੇ ਆਲੂ ਸਾਰਾ ਕੁਝ ਇਹਦਾ ਸਬਜ਼ੀਆਂ ਦੇ ਵਿੱਚ ਹੇਰਾਫੇਰੀ ਕੀਤੀ ਗਈ ਹੈ ਨਕਲੀ ਬਿੱਲ ਬਣਾ ਕੇ। ਉਸ ਤੋਂ ਬਾਅਦ ਇਹ ਗੱਲ ਪਹੁੰਚ ਗਈ ਸ਼੍ਰੋਮਣੀ ਕਮੇਟੀ ਦੇ ਕੋਲੇ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ ਇੱਕ ਜਾਂਚ ਟੀਮ ਬਣਾਈ ਸੀਗੀ ਤੇ ਜਾਂਚ ਟੀਮ ਨੇ ਕਈ ਦਿਨ ਇੱਥੇ ਪੜਤਾਲ ਕੀਤੀ ਹੈ। ਪਤਾ ਲੱਗਾ ਵੀ ਇਸ ਜਾਂਚ ਟੀਮ ਦੇ ਮੁਖੀ ਸੀਗੇ ਇੰਸਪੈਕਟਰ ਗੁਲਜ਼ਾਰ ਸਿੰਘ ਉਹਨਾਂ ਨੇ ਜਾ ਕੇ ਕੇਸਗੜ੍ਹ ਸਾਹਿਬ ਦੇ ਵਿੱਚ ਦੇਖਿਆ ਜੀ ਕਿ ਲੰਗਰ ਦੇ ਮਾਮਲੇ ਚ ਕਿਵੇਂ ਹੀਰਾਫੇਰੀ ਵਾਲੇ ਬਿੱਲ ਬਣਾਏ ਗਏ ਆ ਕਿਵੇਂ ਸਟੋਰ ਦੇ ਬਿੱਲਾਂ ਦੇ ਵਿੱਚ ਗੜਬੜੀ ਹੋਈ ਆ ਫਿਰ ਉਹਨਾਂ ਨੇ ਸਟੋਰ ਨੂੰ 20,000 ਰੁਪਏ ਜੁਰਮਾਨਾ ਵੀ ਕੀਤਾ ਤੇ ਰਿਪੋਰਟ ਬਣਾ ਕੇ ਤੇ ਉਹਨਾਂ ਨੇ ਲੌਂਗੋਵਾਲ ਹੋਰਾਂ ਨੂੰ ਸੌਂਪ ਦਿੱਤੀ ਸੀਗੀ। ਲੌਂਗੋਵਾਲ ਹੋਰਾਂ ਨੇ ਮੈਨੇਜਰ ਸਮੇਤ 5 ਲੋਕਾਂ ਨੂੰ ਇੱਥੋਂ ਨੌਕਰੀ ਤੋਂ ਕੱਢ ਦਿੱਤਾ ਹੈਗਾ ਤੇ ਗੁਰਦੀਪ ਸਿੰਘ ਕੰਗ ਨਵਾਂ ਮੈਨੇਜਰ ਬਣਾਏ ਗਏ ਆ। ਸੋ ਇਹੋ ਜਿਹੀਆਂ ਗੱਲਾਂ ਭਾਵੇਂ ਆਪਾਂ ਕਿਸੇ ਧਰਮ ਨੂੰ ਮੰਨਦੇ ਹੋਈਏ ਤੇ ਭਾਵੇਂ ਟਵਾਣਾ ਸਾਹਿਬ ਨਾ ਮੰਨਦੇ ਹੋਈਏ ਪਰ ਕਦੇ ਇਹ ਨਹੀਂ ਸੋਚ ਸਕਦੇ ਵੀ ਫਲਾਣੇ ਧਰਮ ਦੇ ਨਾਲ ਜੁੜੀ ਹੋਈ ਜਿਹੜੀ ਸੰਸਥਾ ਦਾ ਅਦਾਰਾ ਜਾਂ ਗੁਰਦੁਆਰਾ ਮੰਦਿਰ ਮਸਜਿਦ ਗਿਰਜਾਘਰ ਆ ਉਹਦੇ ਵਿੱਚ ਅਸੀਂ 5 ਪੈਸੇ ਦੀ ਵੀ ਹੇਰਾਫੇਰੀ ਕਰੀਏ ਪਰ ਪਤਾ ਨਹੀਂ ਕਿਹੋ ਜਿਹੀ ਮਿੱਟੀ ਦੇ ਮਨੁੱਖ ਆ ਇਹ ਗੋਲਕ ਦੀ ਕਿਵੇਂ ਦੁਰਵਰਤੋਂ ਕਰਦੇ ਆ
ਇਹ ਧਾਰਮਿਕ ਥਾਵਾਂ ਦੇ ਵਿੱਚੋਂ ਕਿਵੇਂ ਚੋਰੀਆਂ ਕਰ ਲੈਂਦੇ ਆ, ਮੇਰੀ ਤਾਂ ਸਮਝ ਤੋਂ ਬਾਹਰ ਦੀ ਗੱਲ ਆ ਵੀ ਇਹ ਕਿਹੜੀ ਮਿੱਟੀ ਦੇ ਮਨੁੱਖ ਬਣੇ ਹੋਏ। ਉਧਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਤੇ ਜਿਹੜੀ ਫਿਕਰਮੰਦੀ ਜ਼ਾਹਰ ਕੀਤੀ ਹੈ, ਕਿਉਂਕਿ ਸੋਸ਼ਲ ਮੀਡੀਆ ਅਜਿਹੀਆਂ ਗੱਲਾਂ ਨੂੰ ਬੜੀ ਛੇਤੀ ਦੁਨੀਆਂ ਤੱਕ ਪਹੁੰਚਾ ਦਿੰਦਾ, ਰੌਲਾ ਤਾਂ ਵਿੱਚੋਂ ਇਹ ਲੱਗਦਾ ਮੈਨੂੰ, ਬਾਕੀ ਫਿਕਰਮੰਦੀ ਉਹਨਾਂ ਦੀ ਆਪਣੀ ਵੀ ਹੋਊਗੀ ਜੀ। ਦੇਖੋ ਜੀ, ਗੱਲ ਇਹ ਹੈ ਕਿ ਇਹ ਸੱਚੀ ਗੱਲ ਹੈ ਕਿ ਕਈ ਲੋਕ ਸੋਸ਼ਲ ਮੀਡੀਆ ਦੀ ਦੁਰਵਰਤੋਂ ਬਹੁਤ ਕਰਦੇ ਆ। ਸਾਨੂੰ ਬੋਲਣ ਦਾ ਲਿਖਣ ਦਾ ਇੱਕ ਮੰਚ ਮਿਲਿਆ ਹੋਇਆ ਤੇ ਕਈ ਲੋਕ ਇਸ ਮੰਚ ਦੀ ਦੁਰਵਰਤੋਂ ਵੀ ਮਿੱਟ ਕੇ ਕਰਦੇ ਆ, ਕਈ ਲੋਕ ਦੀ ਸਹੀ ਵਰਤੋਂ ਵੀ ਕਰਦੇ, ਸਭ ਦੇ ਆਪੋ ਆਪਣੇ ਤਰੀਕੇ ਆ ਕੰਮ ਕਰਨ ਦੇ। ਪਰ ਵੱਖ ਵੱਖ ਧਰਮਾਂ ਦੇ ਉੱਤੇ ਜਿਸ ਤਰੀਕੇ ਨਾਲ ਕਈ ਲੋਕ ਟਿੱਪਣੀਆਂ ਕਰਦੇ ਆ ਵੀ ਇਸ ਧਰਮ ਦੇ ਉੱਤੇ ਕੁਛ ਕਹਿਤਾ, ਅਕਾਲ ਤਖ਼ਤ ਸਾਹਿਬ ਦੇ ਬਾਰੇ ਕੁਛ ਕਹਿ ਦਿਓ, ਜਥੇਦਾਰ ਨੂੰ ਗਾਲਾਂ ਕੱਢ ਦਿਓ, ਏਦਾਂ ਦਾ ਕੰਮ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ। ਇਹਦੇ ਉੱਤੇ ਜੈਨੀ ਹਰਪ੍ਰੀਤ ਸਿੰਘ ਹੋਰਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੇ ਚਿੰਤਾ ਜ਼ਾਹਰ ਕੀਤੀ ਹੈ। ਕੱਲ ਕਿਉਂਕਿ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਮਨਾਇਆ ਗਿਆ, ਇਸ ਕਰਕੇ ਇੱਥੇ ਪਹਿਲਾਂ ਤਾਂ ਭਾਰਤ ਦੇ ਭੋਗ ਪਾਏ ਗਏ ਆ, ਉਸ ਤੋਂ ਬਾਅਦ ਇੱਥੇ ਗੁਰਬਾਣੀ ਕੀਰਤਨ ਵੀ ਹੋਇਆ, ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸੰਬੋਧਨ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵਕਤ ਜ਼ਰੂਰਤ ਹੈਗੀ ਆ ਸਿੱਖ ਕੌਮ ਨੂੰ ਮਸਲੇ ਸਮਝਣ ਦੀ। ਸਿੱਖ ਕੌਮ ਨੂੰ ਚੁਣੌਤੀਆਂ ਪਹਿਲਾਂ ਵੀ ਬਹੁਤ ਸੀ, ਕਈ ਚੁਣੌਤੀਆਂ ਅੱਜ ਵੀ ਹੈਗੀਆਂ। ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਥੋੜਾ ਜਿਹਾ ਸੋਚ ਸਮਝ ਕੇ ਤਹਮਲ ਤੋਂ ਕੰਮ ਲੈਣਾ ਚਾਹੀਦਾ ਕਿ ਕੋਈ ਵੀ ਕਿਸੇ ਦੇ ਬਾਰੇ ਕੁਝ ਵੀ ਬੋਲੀ ਜਾਂਦਾ, ਇਹਦੇ ਨਾਲ ਸਿੱਖ ਰਵਾਇਤਾਂ ਨੂੰ ਤੇ ਸਿੱਖ ਸੰਸਥਾਵਾਂ ਦੇ ਅਕਸ ਨੂੰ ਢਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਜਿਹੜੇ ਵੀ ਲੋਕ ਇੱਦਾਂ ਦੀਆਂ ਸ਼ਰਾਰਤੀ ਗੱਲਾਂ ਕਰਦੇ ਆ, ਕੁਝ ਵੀ ਅਪਸ਼ਬਦ ਬੋਲਦੇ ਆ, ਲਿਖਦੇ ਆ, ਆਪਦੇ ਕੋਲੋਂ ਮਨ ਭੜਕ ਗੱਲਾਂ ਕਰੀ ਜਾਂਦੇ ਆ ਕਿ ਮੈਨੂੰ ਤਾਂ ਐਂ ਲੱਗਦਾ ਆਹ ਹੋ ਗਿਆ, ਮੈਨੂੰ ਤਾਂ ਐਂ ਲੱਗਦਾ ਆਹ ਹੋ ਗਿਆ, ਜੇਕਰ ਤੁਹਾਡੇ ਕੋਲ ਤੱਥ ਨਹੀਂ ਹੈਗੇ ਤਾਂ ਫਿਰ ਤੁਹਾਨੂੰ ਜੋ ਮਰਜ਼ੀ ਲੱਗਦਾ ਹੋਵੇ ਫਿਰ ਤੁਸੀਂ ਨਾ ਲਿਖਿਆ ਕਰੋ। ਵੈਸੇ ਇਹ ਗੱਲ ਕੁਝ ਹੱਦ ਤੱਕ ਟਵਾਣਾ ਸਾਹਿਬ ਸਹੀ ਵੀ ਆ, ਕੋਈ ਵੀ ਕਿਸੇ ਬਾਰੇ ਕੁਛ ਵੀ ਲਿਖੀ ਜਾਂਦਾ, ਇਕੱਲੇ ਇਹ ਧਾਰਮਿਕ ਥਾਵਾਂ ਦੀ ਗੱਲ ਨਹੀਂ, ਕਿਸੇ ਬੰਦੇ ਦੇ ਬਾਰੇ ਗੱਲ ਕਰ ਲਵੋ, ਕਿਸੇ ਰਾਜਨੀਤਿਕ ਪਾਰਟੀ ਬਾਰੇ ਗੱਲ ਕਰ ਲਵੋ। ਮੇਰੇ ਵਰਗੇ ਬੰਦੇ ਨੂੰ ਜਾਣਕਾਰੀ ਤਾਂ ਹੁੰਦੀ ਹੈ ਬਹੁਤ ਘੱਟ, ਪਰ ਮੈਂ ਜਦੋਂ ਫੇਸਬੁੱਕ ਤੇ ਲਿਖੂੰਗਾ ਤਾਂ ਇਉਂ ਪੇਸ਼ ਕਰੂੰਗਾ ਵੀ ਭਾਈ ਮੇਰੇ ਦੀ ਨਹੀਂ ਜਾਣਕਾਰੀ ਕਿਸੇ ਨੂੰ ਨੀ, ਮੈਨੂੰ ਜਿਵੇਂ ਲੱਗਦਾ ਹੋਊਗਾ ਮੈਂ ਉਵੇਂ ਲਿਖੀ ਜਾਣਾ। ਜਦਕਿ ਇਹ ਜ਼ਰੂਰੀ ਨਹੀਂ ਕਿ ਜੋ ਮੈਨੂੰ ਲੱਗਦਾ ਇਹ ਉਵੇਂ ਹੋਵੇ, ਜੇ ਮੈਂ ਲਿਖਣਾ ਜਾਂ ਬੋਲਣਾ ਮੈਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ। ਪਰ ਲੋਕਾਂ ਨੇ ਖੇੜ ਕੱਢਣ ਦਾ ਇੱਕ ਜ਼ਰੀਆ ਬਣਾ ਲਿਆ, ਹਰ ਕੋਈ ਵਿਦਵਾਨ ਆ ਫੇਸਬੁੱਕ ਦੇ ਉੱਤੇ, ਕੋਈ ਸਿੱਖਣਾ ਨਹੀਂ ਚਾਹੁੰਦਾ, ਕੋਈ ਇਹ ਨਹੀਂ ਸੋਚਦਾ ਵੀ ਭਾਈ ਮੈਂ ਜਿਹੜੀ ਗੱਲ ਸ਼ੇਅਰ ਕਰਨ ਲੱਗਾ ਇਹਦੇ ਬਾਬਤ ਮੈਂ ਪਹਿਲਾਂ ਪੜਤਾਲ ਕਰ ਲਾ। ਮੈਨੂੰ ਬਹੁਤ ਸਾਰੇ ਲੋਕਾਂ ਦੇ ਸੁਨੇਹੇ ਆਉਣਗੇ, ਉਹ ਕਹਿਣਗੇ ਜੀ ਕਿ ਆਹ ਦੇਖੋ ਜੀ ਕੀ ਹੋ ਗਿਆ, ਫਲਾਣੀ ਗੱਲ ਐਂ ਹੋ ਗਈ। ਮੈਂ ਉਹਨਾਂ ਨੂੰ ਕਹਿਣਾ ਅੱਗੋਂ ਲਿਖ ਦਿੰਦਾ ਵੀ ਭਾਈ ਇਹ ਗੱਲ ਬਿਲਕੁਲ ਝੂਠ ਆ, ਫਿਰ ਕਹਿਣਗੇ ਅੱਛਾ ਪਰ ਆਪਾਂ ਫਿਰ ਇਹਨੂੰ ਹੁਣ ਡਿਲੀਟ ਕਰ ਦਿੰਦੇ ਹਾਂ। ਮੈਂ ਕਹਿਣਾ ਵੀ ਇਹ ਤੁਸੀਂ ਪਹਿਲਾਂ ਮੈਨੂੰ ਭੇਜਣ ਮੌਕੇ ਸੋਚਣਾ ਸੀ, ਜਦੋਂ ਤੁਹਾਡੇ ਕੋਲ ਪੜਤਾਲ ਦਾ ਕੋਈ ਸਾਧਨ ਹੈ ਨੀ, ਤੁਹਾਨੂੰ ਕੋਈ ਸਮਝ ਹੈ ਨੀ, ਤੇ ਤੁਸੀਂ ਮੈਨੂੰ ਕਿਹੜੀ ਗੱਲੋਂ ਭੇਜੀ ਵੀ ਮੈਂ ਗਾਹ ਸ਼ੇਅਰ ਕਰ ਦਿਆ। ਲੋਕ ਇਸ ਹੱਦ ਤੱਕ ਕੰਮ ਕਰਦੇ ਜੀ ਜੀ ਜੀ। ਉਧਰ ਸ਼ਰਾਬ ਤਸਕਰਾਂ ਨੂੰ ਠੱਲ ਪਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਅਸੀਂ ਨਵਾਂ ਕਾਨੂੰਨ ਬਣਾਵਾਂਗੇ। ਦੇਖੋ ਗੱਲ ਇਹ ਵੀ ਕਿ ਸ਼ਰਾਬ ਤਸਕਰਾਂ ਨੂੰ ਠੱਲ ਪਾਉਣ ਦੇ ਲਈ ਵੀ ਨਵਾਂ ਕਾਨੂੰਨ ਬਣਨਾ ਚਾਹੀਦਾ, ਨਸ਼ਿਆਂ ਦੇ ਤਸਕਰ ਜਿਹੜੇ ਬਾਕੀ ਚਿੱਟੇ ਵਾਲੇ ਆ ਉਹਨਾਂ ਨੂੰ ਨੱਥ ਪਾਉਣ ਦੇ ਲਈ ਵੀ ਨਵਾਂ ਕਾਨੂੰਨ ਬਣਨਾ ਚਾਹੀਦਾ। ਸੋ ਕਾਨੂੰਨ ਤਾਂ ਕਈ ਨਵੇਂ ਬਣਾਉਣ ਦੀ ਲੋੜ ਹੈ ਜਿਹੜੇ ਲੋਕ ਪੱਖੀ ਹੋਣ, ਜਿਹੜੇ ਲੋਕਾਂ ਦੀ ਜ਼ਿੰਦਗੀ ਬਚਾਉਂਦੇ ਹੋਣ। ਪਰ ਹੁਣ ਸਰਕਾਰ ਨੇ ਗੱਲ ਕਹੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਤਾਂ ਗੱਲ ਇਹ ਕਹੀ, ਮੈਂ ਨਾ ਪਿਛਲੇ ਕਈ ਦਿਨਾਂ ਤੋਂ ਸੋਚ ਰਿਹਾ ਸੀ ਤੁਹਾਡਾ ਸਾਹਿਬ ਵੀ ਆਹ ਜਿਹੜਾ ਚੀਨੀ ਸਮਾਨ ਦਾ ਬਾਈਕਾਟ ਕਰਨ ਦੀ ਗੱਲ ਚੱਲਦੀ ਹੈ, ਇਹਦੇ ਨਾਲ ਸਭ ਤੋਂ ਵੱਧ ਫਾਇਦਾ ਕਿਹੜੇ ਸੂਬੇ ਨੂੰ ਹੋਊਗਾ? ਫਿਰ ਮੇਰੇ ਮਨ ਦੇ ਵਿੱਚ ਆਇਆ ਪੰਜਾਬ ਦੀ ਸਰਕਾਰ ਨੂੰ ਹੋਊਗਾ। ਉਹ ਕਿਵੇਂ ਹੋਊਗਾ ਵੀ ਕੈਪਟਨ ਸਾਹਿਬ ਨੇ ਕਹਿਦਿਆ ਕਰਨਾ ਜੀ ਕਿ ਅਸੀਂ ਤਾਂ ਨੌਜਵਾਨਾਂ ਨੂੰ ਮੋਬਾਈਲ ਵੰਡਣੇ ਸੀ, ਇਹ ਚੀਨ ਤੋਂ ਲੈਣੇ ਸੀ, ਚੀਨੀ ਸਮਾਨ ਦਾ ਬਾਈਕਾਟ ਚੱਲ ਰਿਹਾ ਇਸ ਕਰਕੇ ਨਹੀਂ ਵੰਡੇ ਜਾ ਰਹੇ। ਉਵੇਂ ਹੋਇਆ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਚੀਨ ਤੋਂ ਅਸੀਂ ਮੋਬਾਈਲ ਲੈਣੇ ਸੀ, ਚੀਨੀ ਸਮਾਨ ਦਾ ਬਾਈਕਾਟ ਚੱਲਦਾ, ਹੁਣ ਅਸੀਂ ਭਾਰਤ ਦੀ ਇਸ ਕੰਪਨੀ ਨੂੰ ਆਰਡਰ ਦਿੱਤਾ, ਪਹਿਲਾਂ ਇਸ ਗੱਲ ਦੀ ਪੜਤਾਲ ਕਰ ਰਹੇ ਹਾਂ ਵੀ ਉਹਨਾਂ ਦਾ ਕੋਈ ਚੀਨ ਦੇ ਨਾਲ ਸੰਬੰਧ ਹੈ। ਟੈਣਾ ਸਾਹਿਬ ਅੱਜ ਨੈਸ਼ਨਲ ਮੀਡੀਆ ਦੇ ਉੱਤੇ ਇੱਕ ਇੰਟਰਵਿਊ ਦੇ ਵਿੱਚ ਕੈਪਟਨ ਸਾਹਿਬ ਨੇ ਇਹ ਗੱਲ ਬਿਆਨ ਦਿੱਤੀ ਹੈ, ਕਹਿੰਦਾ ਜੀ 5000 ਲੈਪਟਾਪ ਤਾਂ ਚੰਡੀਗੜ੍ਹ ਦੇ ਇੱਕ ਗੋਦਾਮ 'ਚ ਪਏ ਨੇ, 5000 ਦੀ ਅਸੀਂ ਵੇਟ ਕਰ ਰਹੇ ਹਾਂ, ਕਹਿੰਦਾ ਜਦੋਂ ਆ ਗਏ ਜੁਲਾਈ ਜਾਂ ਅਗਸਤ ਦੇ ਵਿੱਚ ਵੰਡਾਂਗੇ, ਇਹ ਗੱਲ ਕਹੀ ਉਹਨਾਂ ਨੇ ਅੱਜ। ਬਸ ਸਵਾਲ ਤਾਂ ਇਹ ਪੈਦਾ ਹੁੰਦਾ ਬਈ ਜੇਕਰ ਤੁਹਾਡੇ ਕੋਲੇ 5000 ਤਿਆਰ ਤੇ ਉਹ 5000 ਵਧ ਦਿੰਦਾ ਫਿਰ ਉਹ ਲੋਕਾਂ ਨੂੰ ਵੰਡ ਦਿਓ? ਨਾਲੇ ਆਪਾਂ ਕਹਿੰਦੇ ਹਾਂ ਵੀ ਚੀਜ਼ਾਂ ਦੀ ਇੱਕ ਮਿੰਟ ਸਕਿੰਟ ਦੀ ਗਰੰਟੀ ਨਹੀਂ ਹੈਗੀ ਤੇ ਫਿਰ ਆਪਾਂ ਉਹਨਾਂ ਨੂੰ ਵੰਡ ਦਈਏ ਲੋਕਾਂ ਨੂੰ? ਅਗਲੇ 5000 ਆਉਣ ਨਾ ਤੇ ਪਿਛਲਿਆਂ ਦੀ ਅਸੀਂ ਸਹੀ ਤਰੀਕੇ ਨਾਲ ਵਰਤੋਂ ਨਾ ਕਰੀਏ ਤੇ ਇਹ ਵੀ ਕਿੱਥੋਂ ਦੀ ਸਿਆਣਪ ਵਾਲੀ ਗੱਲ ਆ? ਸੋ ਇਹਦੇ ਉੱਤੇ ਵੀ ਸੋਚਣਾ ਬਣਦਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਇੱਕ ਇੰਟਰਵਿਊ ਚ ਕਿਹਾ
ਵੀ ਚੀਨ ਦੇ ਸਮਾਨ ਦਾ ਬਾਈਕਾਟ ਹੋਣ ਦੇ ਕਰਕੇ ਲੋਕਡਾਊਨ ਹੋਣ ਦੇ ਕਰਕੇ ਅਸੀਂ ਮੋਬਾਈਲ ਨਹੀਂ ਵੰਡ ਸਕੇ ਤੇ ਹੁਣ ਭਾਰਤ ਦੀ ਇੱਕ ਕੰਪਨੀ ਨੂੰ ਮੋਬਾਈਲਾਂ ਦਾ ਆਰਡਰ ਦਿੱਤਾ 50,000 ਮੋਬਾਈਲ ਤਾਂ ਉਹ ਬਣਾਈ ਬੈਠੇ ਆ ਇਸ ਤੋਂ ਵੱਧ ਹੈਗੇ ਬਣਾਉਣੇ ਪਰ ਅਸੀਂ ਪਹਿਲਾਂ ਇਹ ਪੜਤਾਲ ਕਰ ਰਹੇ ਹਾਂ ਵੀ ਇਸ ਕੰਪਨੀ ਦਾ ਕਿਤੇ ਕੋਈ ਚੀਨ ਦੇ ਨਾਲ ਸੰਬੰਧ ਤਾਂ ਨਹੀਂ ਗਾ ਫਿਰ ਉਸ ਤੋਂ ਬਾਅਦ ਅਗਲਾ ਆਰਡਰ ਦੇਵਾਂਗੇ ਮਤਲਬ ਇੱਕ ਨਵਾਂ ਬਹਾਨਾ ਮਿਲ ਗਿਆ ਉਹਨਾਂ ਨੂੰ ਉਸ ਤੋਂ ਅਗਲੀ ਗੱਲ ਇਹ ਆ ਵੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜੇ ਸ਼ਰਾਬ ਦੀ ਤਸਕਰੀ ਕਰਦੇ ਆ ਇਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਾਂਗੇ ਨਹੀਂ ਲਾਕਡਾਊਨ ਦੇ ਵਿੱਚ ਵੀ ਇਹਨਾਂ ਲੋਕਾਂ ਨੇ ਚਮਤੀਆਂ ਚਲਾਈਆਂ ਲਾਕਡਾਊਨ ਚ ਇੱਕ ਸ਼ਰਾਬ ਦੀ ਨਕਲੀ ਫੈਕਟਰੀ ਵੀ ਫੜੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੀ ਕਿ ਇਹਨਾਂ ਲੋਕਾਂ ਦੇ ਖਿਲਾਫ਼ ਵੀ ਸਖ਼ਤ ਕਾਨੂੰਨ ਲੈ ਕੇ ਆਵਾਂਗੇ ਤਾਂ ਜੋ ਇਹਨਾਂ ਲੋਕਾਂ ਦੇ ਵੱਲੋਂ ਨਾ ਤਾਂ ਮਾਲੀਏ ਦਾ ਨੁਕਸਾਨ ਕੀਤਾ ਜਾਵੇ ਤੇ ਨਾ ਹੀ ਲੋਕਾਂ ਦੀ ਸਿਹਤ ਦਾ ਜੀ 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 ਬਿਲਕੁਲ ਬਿਲਕੁਲ ਟਹਿਣਾ ਸਾਹਿਬ ਸਮਾਂ ਜਿਹੜਾ ਅੱਗੇ ਵਧਣ ਦਾ ਇਸ਼ਾਰਾ ਨਹੀਂ ਕਰਦਾ ਭਾਵੇਂ ਇੱਕ ਦੋ ਖ਼ਬਰਾਂ ਹੋਰ ਵੀ ਤੁਹਾਡੇ ਕੋਲ ਪਈਆਂ ਨੇ ਤੇ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਫਿਰ ਮਿਲਣ ਦੇ ਵਾਅਦੇ ਨਾਲ ਥੈਂਕ ਯੂ ਧੰਨਵਾਦ ਮਿਹਰਬਾਨੀ ਸ਼ੁਕਰੀਆ ਸੋ ਦੋਸਤੋ ਇਸੀ ਸਰਦਾਰ ਸਵਰਨ ਸਿੰਘ ਜੀ ਟਹਿਣਾ ਸਾਡੇ ਨਾਲ ਜੁੜੇ ਸੀ ਖ਼ਬਰਾਂ ਦੀ ਖ਼ਬਰਸਾਰ ਪ੍ਰੋਗਰਾਮ ਦੇ ਵਿਚ ਅਗਲਾ ਪ੍ਰੋਗਰਾਮ ਲੈ ਕੇ ਗੁਰਬਚਨ ਮਾਨ ਜੀ ਤਿਆਰ ਬਰ ਤਿਆਰ ਬੈਠੇ ਨੇ ਜੀ ਸਾਡੇ ਮਸਲੇ ਤੇ ਸਾਂਝਾ ਪ੍ਰੋਗਰਾਮ ਬੜਾ ਸ਼ਾਨਦਾਰ ਪ੍ਰੋਗਰਾਮ ਹੈ ਇੱਕ ਬਹੁਤ ਹੀ ਵਧੀਆ ਜਿਹੜੇ ਨੇ ਇੱਕ ਲਿਖਾਰੀ ਵੀ ਨੇ ਤੇ ਨਾਲ ਸੰਗੀਤ ਦੇ ਨਾਲ ਵੀ ਸੰਬੰਧ ਰੱਖਦੇ ਨੇ ਡੋਗਰਾ ਸਾਹਿਬ ਉਹਨੂੰ ਲੈ ਕੇ ਆ ਰਹੇ ਨੇ ਆਪਣੇ ਪ੍ਰੋਗਰਾਮ ਦੇ ਵਿਚ ਚੱਲਦੇ ਆ ਸਾਡੇ ਮਸਲੇ ਤੇ ਸਾਂਝਾ ਪ੍ਰੋਗਰਾਮ ਦੇ ਵਿਚ ਮੈਨੂੰ ਦਿਓ ਇਜਾਜ਼ਤ ਫਿਰ ਮਿਲਣ ਦੇ ਵਾਅਦੇ ਨਾਲ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ